खबर टीवी देख रहे हो तुसीं ते मैं हां सुखबीर सिंह। इस वेले दी वड्डी ते अहम खबर तुहानूं दसण जा रहे हां कि नवजोत सिंह सिद्धू जो कि पंजाब कांग्रेस दे नवे प्रधान बने ने उहनां दे वल्लों अपने लई चार सलाहकारां दा ऐलान कर दिता गया। जी हाँ, वड्डी ते अहम खबर इस समय तुहानूं दस रहे हां कि नवजोत सिंह सिद्धू दे वल्लों हुणे हुणे अपने लिए चार सलाहकारां दा ऐलान कर दिता गया, जिन्हां दे विच डॉक्टर अमर सिंह जो कि मैंबर पार्लीमेंट ने ते मुहम्मद मुस्तफा जो कि साबका DGP रह चुके ने पंजाब दे, ते इन्हां तों इलावा सरदार मालविंदर सिंह माली ते डॉक्टर प्यारा लाल गर्ग दा नाम भी इन्हां दे विच शामिल है। तां वड्डी खबर तुहानूं दस रहे हां कि नवजोत सिंह सिद्धू दे वल्लों अपने लई चार सलाहकारां दा ऐलान जिहड़ा है उह कर दिता गया। तां लगातार नवजोत सिंह सिद्धू प्रधान बनन तों बाद एक्शन मूड दे विच ने, लगातार नवजोत सिंह सिद्धू सरगर्म नज़र आ रहे ने। भावें नवजोत सिंह सिद्धू अक्सर ही जिहड़ा प्रधान बनन तों बाद मुलाकातां दा दौर वी नवजोत सिंह सिद्धू दा जिहड़ा लगातार जारी है, ते हुण नवजोत सिंह सिद्धू दे वल्लों आपणे प्रधान बनन तों बाद जिहड़ा चार सलाहकारां दा ऐलान नवजोत सिंह सिद्धू दे वल्लों हुणे हुणे ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਡਾਕਟਰ ਅਮਰ ਸਿੰਘ ਜੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਅਤੇ ਉਹਨਾਂ ਤੋਂ ਬਾਅਦ ਮੁਹੰਮਦ ਮੁਸਤਫਾ ਜੋ ਕਿ ਸਾਬਕਾ DGP ਰਹਿ ਚੁੱਕੇ ਨੇ ਪੰਜਾਬ ਦੇ, ਇਹਨਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਡਾਕਟਰ ਪਿਆਰਾ ਲਾਲ ਗਰਗ ਅਤੇ ਸਰਦਾਰ ਮਾਲਵਿੰਦਰ ਸਿੰਘ ਮਾਨੀ ਨੂੰ ਵੀ ਆਪਣੇ ਸਲਾਹਕਾਰ ਦੇ ਵਜੋਂ ਐਲਾਨਿਆ ਗਿਆ। ਤਾਂ ਵੱਡੀ ਤੇ ਅਹਿਮ ਖਬਰ ਹੈ ਇਸ ਸਮੇਂ ਦੀ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਲਈ ਚਾਰ ਸਲਾਹਕਾਰਾਂ ਦਾ ਐਲਾਨ ਕੀਤਾ ਗਿਆ। ਤਾਂ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਸਲਾਹਕਾਰਾਂ ਤੋਂ ਬਾਅਦ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਐਲਾਨੇ ਗਏ ਨੇ ਕੀ ਸਲਾਹ ਇਹ ਨਵਜੋਤ ਸਿੰਘ ਸਿੱਧੂ ਨੂੰ ਹੁਣ ਦਿੰਦੇ ਨੇ, ਤੇ ਨਾਲ ਹੀ ਦੇਖਣਾ ਇਹ ਵੀ ਹੋਵੇਗਾ ਕਿ ਜਿਹੜੀਆਂ ਇਹਨਾਂ ਸਲਾਹਕਾਰਾਂ ਦੇ ਵੱਲੋਂ ਸਲਾਹ ਨਵਜੋਤ ਸਿੰਘ ਸਿੱਧੂ ਨੂੰ ਦਿੱਤੀਆਂ ਜਾਣਗੀਆਂ, ਕਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਅਤੇ ਪੂਰੀ ਕਾਂਗਰਸ ਪਾਰਟੀ ਉਸਦੇ ਉੱਪਰ ਕੰਮ ਕਰਦੀ ਹੈ, ਅਤੇ ਨਾਲ ਹੀ ਜਿਸ ਜਿਹੜੇ ਸਲਾਹਾਂ ਨਵਜੋਤ ਜਿਹੜੇ ਸਲਾਹਕਾਰਾਂ ਦੇ ਵੱਲੋਂ ਦਿੱਤੀਆਂ ਜਾਣਗੀਆਂ ਕਿ ਇਸ ਦੇ ਬਾਵਜੂਦ 2022 ਦੇ ਵਿੱਚ ਪੰਜਾਬ ਕਾਂਗਰਸ ਦੀ ਸਰਕਾਰ ਦੁਬਾਰਾ ਬਣਦੀ ਹੈ ਜਾਂ ਨਹੀਂ, ਤਾਂ ਜਿਹੜੇ ਆ ਸਵਾਲ ਹੁਣ ਬੜੇ ਸਾਰੇ ਖੜੇ ਹੋਣ ਲੱਗ ਗਏ ਨੇ। ਪਰ ਵੇਖਣਾ ਹੋਵੇਗਾ ਕਿ ਹੁਣ ਅਗਲਾ ਕਦਮ ਪੰਜਾਬ ਕਾਂਗਰਸ ਦਾ ਕੀ ਹੋਵੇਗਾ। ਪਰ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਣੇ ਹੁਣੇ ਆਪਣੇ ਲਈ ਚਾਰ ਸਲਾਹਕਾਰਾਂ ਦਾ ਐਲਾਨ ਕਰ ਦਿੱਤਾ ਗਿਆ। ਵੱਡੀ ਤੇ ਅਹਿਮ ਖਬਰ ਇਸ ਸਮੇਂ ਤੁਹਾਨੂੰ ਦੱਸ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਨਵੇਂ ਨਵੇਂ ਪ੍ਰਧਾਨ ਬਣੇ ਨੇ ਕਾਂਗਰਸ ਦੇ, ਉਹਨਾਂ ਦੇ ਵੱਲੋਂ ਆਪਣੇ ਲਈ ਚਾਰ ਸਲਾਹਕਾਰਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ, ਮੁਹੰਮਦ ਮੁਸਤਫਾ ਸਾਬਕਾ DGP ਰਹਿ ਚੁੱਕੇ ਨੇ ਪੰਜਾਬ ਦੇ, ਅਤੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰਾ ਲਾਲ ਗਰਗ ਦਾ ਨਾਮ ਇਹਨਾਂ ਸਲਾਹਕਾਰਾਂ ਦੇ ਵਿੱਚ ਸ਼ਾਮਿਲ ਆ। ਤਾਂ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਸਲਾਹਕਾਰਾਂ ਦੇ ਐਲਾਨ ਤੋਂ ਬਾਅਦ ਕੀ ਪੰਜਾਬ ਕਾਂਗਰਸ ਦੀ ਸਥਿਤੀ 2022 ਦੇ ਵਿੱਚ ਸੁਧਰਦੀ ਹੈ, ਅਤੇ ਕੀ ਇਹਨਾਂ ਦੀ ਜਿਹੜੇ ਸਲਾਹਕਾਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਐਲਾਨੇ ਗਏ ਨੇ ਕਿ ਇਹ 2022 ਦੇ ਵਿੱਚ ਪੰਜਾਬ ਕਾਂਗਰਸ ਨੂੰ ਸੱਤਾ ਤੱਕ ਲੈ ਕੇ ਜਾ ਸਕਣਗੇ ਜਾਂ ਨਹੀਂ। ਪਰ ਇਸ ਸਭ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਲਈ ਹੁਣੇ ਹੁਣੇ ਚਾਰ ਜਿਹੜੇ ਸਲਾਹਕਾਰਾਂ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ। ਨਾਮ ਤੁਹਾਨੂੰ ਇੱਕ ਵਾਰੀ ਦੁਬਾਰਾ ਦੱਸ ਦਿੰਦੇ ਹਾਂ, ਡਾਕਟਰ ਅਮਰ ਸਿੰਘ ਸਾਬਕਾ ਮਾਫ਼ ਕਰਨਾ ਮੈਂਬਰ ਆਫ ਪਾਰਲੀਮੈਂਟ ਰਹੇ ਪਾਰਲੀਮੈਂਟ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਪੰਜਾਬ ਦੇ, ਅਤੇ ਉਸ ਤੋਂ ਬਾਅਦ ਮੁਹੰਮਦ ਮੁਸਤਫਾ ਸਾਬਕਾ DGP ਰਹਿ ਚੁੱਕੇ ਨੇ ਪੰਜਾਬ ਦੇ, ਸਰਦਾਰ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰਾ ਲਾਲ ਗਰਗ, ਇਹਨਾਂ ਨੂੰ ਤੁਸੀਂ ਅਕਸਰ TV ਸਕਰੀਨਾਂ ਦੇ ਉੱਪਰ ਵੇਖਿਆ ਹੋਵੇਗਾ। ਪਰ ਹੁਣ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਚਾਰਾਂ ਨੂੰ ਵੀ ਆਪਣੇ ਸਲਾਹਕਾਰ ਦੇ ਵਜੋਂ ਐਲਾਨ ਦਿੱਤਾ ਗਿਆ। ਤਾਂ ਇਸ ਵੇਲੇ ਦੀ ਵੱਡੀ ਖਬਰ, ਤੁਸੀਂ ਦੇਖਦੇ ਰਹੋ ਖਬਰਾਂ TV। ਫਿਲਹਾਲ ਦੇ ਲਈ ਮੈਨੂੰ ਦੀ ਇਜਾਜ਼ਤ, ਧੰਨਵਾਦ।